ਬੈਠੋ ਬੈਠੋ ਗੱਲੋ ਤੁਸੀਂ ਵੀ ਛਕੋ ਗੁੱਡ ਮੋਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿੰਡ ਖਾਰਾ ਜ਼ਿਲ੍ਹਾ ਮਾਨਸਾ ਤੋਂ ਅਤੇ ਕੱਲ੍ਹ ਇੱਥੇ ਆਏ ਸੀਗੇ ਰਿਟਾਇਰਮੈਂਟ ਪਾਰਟੀ 'ਤੇ ਅਤੇ ਮੰਮੀ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੁਹਾਨੂੰ ਵੀ ਅਤੇ ਧੰਨਵਾਦ ਤੁਹਾਡਾ ਵੀ ਸਵੇਰੇ ਸਵੇਰੇ ਕਰਾਰੇ ਕਰਾਰੇ ਪਰੌਂਠੇ ਬਣਾ ਕੇ ਛਕਾਏ ਸਾਨੂੰ ਅਤੇ ਸੋਹਣਾ ਮਾਹੌਲ ਆ ਜੀ ਲੱਗਿਆ ਹੋਇਆ ਅਤੇ ਹਵਾ ਚੱਲ ਰਹੀ ਆ ਅਤੇ ਘਰ ਦਾ ਵੀ ਇੱਕ ਵਾਰੀ ਗੇਰਾ ਕੱਢਾਂਗੇ ਅਤੇ ਫਿਲਹਾਲ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਵੀਡੀਓ 'ਤੇ ਕਲਿੱਕ ਕਰਨ ਵਾਸਤੇ ਅਤੇ ਠੀਕ ਠਾਕ ਹੋ ਮੰਮੀ ਜੀ ਚਲੋ ਖੈਰ ਸੁੱਖ ਚਾਹੀਦੇ ਠੀਕ ਠਾਕ ਚਾਹੀਦੇ ਅਤੇ ਬਾਕੀ ਭਾਈ ਆਸਟ੍ਰੇਲੀਆ ਵਾਲੇ ਉੱਠ ਖੜੇ ਮੰਮੀ ਹੌਲੀ ਹੌਲੀ ਉੱਠਣਗੀਆਂ ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆਪਣੇ ਨਵੇਂ ਬਲੌਗ 'ਚ ਅੱਜ 19 ਮਾਘ 1 ਫਰਵਰੀ ਸਾਲ 2024 ਵੀਰਵਾਰ ਦਾ ਦਿਨ ਅਤੇ ਸਮਾਂ ਵੇਖਿਆ ਨਹੀਂ 8:30 ਵਜੇ ਦਾ ਹੋਊਗਾ ਅਤੇ ਨਾਨਕੇ ਘਰ ਸੋਹਣਾ ਜੀ ਲੱਗਿਆ ਹੋਇਆ ਅਤੇ ਮੌਸਮ ਖਰਾਬੀ 'ਚ ਆ ਬੱਦਲਬਾਈ 'ਚ ਆ ਕਣੀਆਂ 'ਚ ਆ ਮਾਹੌਲ ਅਤੇ ਫਿਲਹਾਲ ਪ੍ਰਸ਼ਾਦਾ ਪਾਣੀ ਛਕ ਲਿਆ ਅਤੇ ਅੰਦਰ ਗਿਫਟ ਖੋਲਣ ਦੀਆਂ ਤਿਆਰੀਆਂ ਹੋਈ ਜਾਂਦੀਆਂ ਲਾਡੀ ਸਤਿ ਸ਼੍ਰੀ ਅਕਾਲ ਬਾਈ ਤੁਹਾਨੂੰ ਵੀ ਸਾਰਿਆਂ ਨੂੰ ਠੀਕ ਹੈ ਛੋਟੇ ਮਾਮੇ ਦਾ ਮੁੰਡਾ ਰੂਪੀ ਲਾਡੀ ਆਪਣਾ ਮਨਪ੍ਰੀਤ ਅਤੇ ਕੰਮਾ ਬਾਈ ਅਤੇ ਕੰਮੇ ਦਾ ਦੋਸਤ ਮਿੱਤਰ ਬਾਈ ਆਪਣਾ ਵੀ ਦੋਸਤ ਮਿੱਤਰ ਹੀ ਆ ਬਾਈ ਹੁਣ ਤੂੰ ਠੀਕ ਹੈ ਮਾਮਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਹਾਂਜੀ 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 ਵਧੀਆ ਜੀ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਚਲੋ ਠੀਕ ਹੋ ਵਧੀਆ ਹਾਂਜੀ ਬਹੁਤ ਬਹੁਤ ਵਧਾਈਆਂ ਮਾਮਾ ਜੀ ਇੱਕ ਵਾਰੀ ਫੇਰ ਤੇ ਮੇਰੇ ਵੱਲੋਂ ਤੇ ਆਪਣੇ ਦੇਖਣ ਵਾਲੇ ਦਰਸ਼ਕਾਂ ਵੱਲੋਂ ਤੇ ਕੁਛ ਆਪਣੀ ਸਰਵਿਸ ਬਾਰੇ ਚੰਦ ਸ਼ਬਦ ਕਿਵੇਂ ਰਿਹਾ ਤੁਹਾਡਾ ਇਹ ਆਪਣੀ ਸਰਵਿਸ ਦਾ ਸਫ਼ਰ ਤੇ ਕਦੋਂ ਸ਼ੁਰੂ ਕਰਿਆ ਸੀਗਾ ਕਦੋਂ ਤੁਸੀਂ ਜੁਆਇਨ ਕਰਿਆ ਸੀ ਹਾਂਜੀ ਮੈਂ ਖਾਰੇ ਪਿੰਡ 'ਚ ਜਨਮ ਲਿਆ ਸੀ ਹਾਂਜੀ ਪਹਿਲਾ ਪੈਰ ਵੀ ਜਿਹੜਾ ਮੈਂ ਸਕੂਲ ਦੇ ਵਿੱਚ ਖਾਰੇ ਸਕੂਲ 'ਚ ਰੱਖਿਆ ਸੀ ਜਿੱਥੋਂ ਮੈਂ ਇਹ 5ਵੀਂ ਕੀਤੀ 8ਵੀਂ ਕੀਤੀ ਖਾਰੇ ਸਕੂਲ ਦੇ ਵਿੱਚ ਹੀ ਮੈਂ ਪਹਿਲਾਂ ਸਰਕਾਰੀ ਅਧਿਆਪਕ ਲੱਗਿਆ ਖਾਰੇ ਸਕੂਲ ਦੇ ਵਿੱਚੋਂ ਹੀ ਮੈਨੂੰ ਤਰੱਕੀ ਮਿਲੀ ਖਾਰੇ ਸਕੂਲ ਦੇ ਵਿੱਚੋਂ ਹੀ ਮੈਂ ਕੱਲ੍ਹ ਵਿਦਾ ਹੋ ਗਿਆ ਅਤੇ ਇਹ ਇੱਕ ਪਵਿੱਤਰ ਕਿੱਤਾ ਹੈਗਾ ਤਾਂ ਮੇਰੀ ਬਦੌਲਤ ਵਿਦਿਆਰਥੀ ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਦੇਸ਼ਾਂ 'ਚ ਕਿਹੜੇ ਕਿਹੜੇ ਉਹ ਲੱਗੇ ਨੇ ਮੈਨੂੰ ਬੜਾ ਮਾਣ ਹੈ ਇਹ ਸਾਰੇ ਕਿੱਤਿਆਂ ਦੇ ਵਿੱਚੋਂ ਬਹੁਤ ਪਵਿੱਤਰ ਕਿੱਤਾ ਇੱਥੇ ਪੁੰਨ ਵਾਲੇ ਫਲੀਆਂ ਦੋਨੇ ਮਿਲਦੀਆਂ ਨੇ ਹਾਂਜੀ ਬੇਟੇ ਬਹੁਤ ਖੁਸ਼ੀ ਹੈ ਜੋ ਮੈਂ ਰਿਟਾਇਰ ਹੋਣ ਤੋਂ ਬਾਅਦ ਹਾਂਜੀ ਹੁਣ ਜਿਵੇਂ ਕੱਲ੍ਹ ਆਪਣਾ ਲਾਡੀ ਗੱਲ ਕਰ ਰਹੇ ਸੀ ਅੱਜ ਸਵੇਰੇ ਉੱਠ ਕੇ ਸਾਨੂੰ ਐਂ ਭਾਲ ਜੀ ਨਹੀਂ ਆਈ ਕਿ ਨਾ ਆ ਲਈਏ ਹੁਣ ਸਕੂਲ ਦੀ ਡਿਊਟੀ 'ਤੇ ਜਾ ਲਈਏ ਨਹੀਂ ਕੁਛ ਕਈ ਦਿਨ ਤਾਂ ਲੱਗਦਾ ਰਹੂਗਾ ਨਾ ਜੀ ਲੱਗਦਾ ਕਿ ਰਹੂਗਾ ਮੈਂ ਹੁਣ ਚੈਟ 'ਤੇ ਮੇਰੇ ਸਟਾਫ ਨਾਲ ਲੱਗਿਆ ਹੋਇਆ ਹੈਗਾ ਉਹਨੂੰ ਮੈਂ ਕਹਿ ਰਿਹਾ ਹੈਗਾ ਵੀ ਤੁਸੀਂ ਫੀਡ ਅਡਜਸਟ ਕਰ ਦਿਓ ਐਂ ਕਰ ਲਓ ਕਰ ਲਓ ਹਾਂਜੀ ਬੜਾ ਔੜਕਾ ਆ ਰਿਹਾ ਅੱਜ ਹਾਂਜੀ ਅੱਜ ਘਰੇ ਮੈਂ ਬੜਾ ਔਖਾ ਲੱਗ ਰਿਹਾ ਮੈਨੂੰ ਮਤਲਬ ਘਰੇ ਰਹਿ ਕੇ ਵੀ ਤੁਸੀਂ ਜਿਵੇਂ ਪਹਿਲਾਂ ਕਰ ਰਹੇ ਸੀ ਹੁਣ ਵੀ ਉਹਨਾਂ ਦਾ ਸਹਿਯੋਗ ਦਿੰਦੇ ਰਹੋਗੇ ਨਾ ਉਸ ਸਟਾਫ ਦਾ ਬਿਲਕੁਲ ਬਿਲਕੁਲ ਤੇ ਜਿਵੇਂ ਇਹ ਬਟੇ ਮੇਰਾ ਇੱਕ ਹੋ ਰਿਹਾ ਹੈਗਾ ਵੀ ਜੋ ਵੀ ਲੋੜਵੰਦ ਹੈ ਪੜ੍ਹਾਈ ਕਿੰਨੀ ਲੋੜਵੰਦ ਹੈ ਹਾਂਜੀ ਤਾਂ ਮੇਰਾ ਸ਼ੌਂਕ ਇਹ ਵੀ ਉਹਨਾਂ ਨੂੰ ਪੜ੍ਹਾਉਣਾ ਖਾਸ ਕਰਕੇ ਔਖੇ ਵਿਸ਼ੇ ਜਿਹੜੇ ਹਾਂਜੀ ਉਹਨੂੰ ਪੜ੍ਹਾਉਣਾ ਇਹ ਮੇਰਾ ਸ਼ੌਂਕ ਰਿਹਾ ਬਟੇ ਤੁਸੀਂ ਕਿਹੜੇ ਕਿਹੜੇ ਵਿਸ਼ੇ ਪੜ੍ਹਾਏ ਹੁਣ ਤੱਕ ਬਟੇ ਮੈਂ ਸਾਰੇ ਵਿਸ਼ਿਆਂ 'ਚ ਐਕਸਪਰਟ ਨਾ ਦੱਸ ਤੱਕ
ਹਾਂਜੀ ਚਲੋ ਬਹੁਤ ਸੋਹਣੀ ਗੱਲ ਹੈ ਜੀ, ਇੱਕ ਵਾਰੀ ਫਿਰ ਤੋਂ ਵਧਾਈਆਂ ਜੀ, ਅਤੇ ਬਹੁਤ ਸੋਹਣੀ ਗੱਲ ਹੈ ਅਤੇ ਬਹੁਤ ਸਾਰਾ ਪਿਆਰ ਮਿਲਿਆ ਮਾਮਾ ਜੀ ਨੂੰ, ਅਤੇ ਅਸੀਂ ਵੈਸੇ ਅੱਜ ਤੱਕ ਆਹ ਗੱਲ ਸੁਣੀ ਨਹੀਂ ਸੀ ਕਿ ਮਾਸਟਰਾਂ ਨੂੰ ਸਟੂਡੈਂਟ ਆਪਣੇ ਹੈ ਨਾ ਕਿ ਸੋਨੇ ਦੀਆਂ ਰਿੰਗਾਂ ਪਾ ਰਹੇ ਨੇ, ਅਤੇ ਤੁਸੀਂ ਖੁਸ਼ਕਿਸਮਤ ਹੋ ਇਸ ਗੱਲੋਂ ਹੈ ਨਾ ਕਿ ਤੁਹਾਡਾ ਬੱਚਿਆਂ ਨਾਲ ਇੰਨਾ ਮੋਹ ਪਿਆਰ ਸੀ ਨਾਲੇ, ਸਹੀ ਹੈ ਜੀ? ਹਾਂ ਬਿਲਕੁਲ ਬੇਟੇ, ਜਿਹੜਾ ਹਿਸਾਬ ਵਿਸ਼ਾ ਹੈਗਾ ਇਹ ਸਭ ਤੋਂ ਔਖਾ ਵਿਸ਼ਾ ਹੈਗਾ। ਹਾਂਜੀ ਮੈਨੂੰ ਚਾਹੇ ਲਾਈਫ ਆਪਣਾ ਫੇਸਬੁੱਕ 'ਤੇ ਮਿਲਦੇ ਆ, ਦੋਸਤ ਕਿਤੇ ਵੀ ਮਿਲਦੇ, ਜਦੋਂ ਗੱਲ ਮੇਰੇ ਪੁੱਛਦੇ ਵੀ ਮੈਂ ਮੇਰਾ ਹਿਸਾਬ ਵਿਸ਼ਾ ਹੈਗਾ, ਤੂੰ ਆਖਣਾ ਵੀ ਹਿਸਾਬ ਦੇ ਵਿੱਚ ਤਾਂ ਅਸੀਂ 33-33 ਦੇ ਖੜੇ ਸੀ। ਹਾਂਜੀ ਹਾਲਾਂਕਿ ਉਹ ਲੈਕਚਰ ਪ੍ਰੋਫੈਸਰ ਵੀ ਜਿਹੜੇ ਕਾਲਜ ਆ ਉਹ ਵੀ ਕਹਿੰਦੇ ਨੇ ਹਿਸਾਬ ਦੇ ਵਿੱਚ ਤਾਂ ਅਸੀਂ 33-33 ਦੇ ਖੜੇ ਸੀ, ਬਟ ਮੈਨੂੰ ਮਾਣ ਹੈ ਵੀ ਮੈਂ ਪੜ੍ਹਨ ਵੇਲੇ ਵੀ ਹਿਸਾਬ ਦੇ ਵਿੱਚ ਟੋਪਰ ਸੀ ਅਤੇ ਪੜ੍ਹਾਉਣ ਵੇਲੇ ਵੀ ਟੋਪਰ ਹੈ। ਹਾਂਜੀ ਮੇਰੇ ਪੜ੍ਹਾਏ ਹੋਏ ਵਿਦਿਆਰਥੀ ਹਿਸਾਬ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰ ਚੁੱਕੇ ਨੇ ਉਹਦੇ। ਹਾਂ ਠੀਕ ਹੈ ਜੀ, ਬਹੁਤ ਬਹੁਤ ਵਧਾਈਆਂ, ਅਤੇ ਬਾਕੀ ਕੱਲ੍ਹ ਦੀ ਪਾਰਟੀ ਬਹੁਤ ਸੋਹਣੀ ਰਹੀ, ਬਹੁਤ ਇੰਜੋਏ ਕਰਿਆ ਸਾਰਿਆਂ ਨੇ, ਅਤੇ ਵਧਾਈਆਂ ਬੇਬੇ ਸੋਨੂੰ ਵੀ ਇੱਕ ਵਾਰੀ ਫੇਰ, ਮਹਾਰਾਜ ਵਧਾਵੇ ਸੋਨੂੰ ਵੀ ਸੱਚੇ ਪਾਤਸ਼ਾਹ, ਸੋਨੂੰ ਵੀ ਨਾਲ ਵਧਾਈਆਂ ਨੇ ਸਾਰਿਆਂ ਨੂੰ, ਦੇਖਣ ਵਾਲਿਆਂ ਨੂੰ। ਹਾਂ ਸਾਰੇ ਦੇਖਣ ਵਾਲਿਆਂ ਨੂੰ ਵੀ ਵਧਾਈਆਂ ਨੇ, ਭਾਈ ਦੋਹਤਿਆਂ ਨੂੰ ਵੀ ਵਧਾਈਆਂ ਨੇ। ਅਤੇ ਨਾਨੀ ਵੀ ਆਪਣੇ ਬਾਈ ਪੱਕੇ ਸਬਸਕ੍ਰਾਈਬਰ ਨੇਗੇ, ਅਤੇ ਰੋਜ਼ ਟੀਵੀ 'ਤੇ ਲਾ ਕੇ ਦੇਖਦੇ ਹੁੰਦੇ ਆਪਣੇ ਵੀਡੀਓ, ਅਤੇ ਦੇਖ ਲੈਂਦੇ ਆ ਸਾਰੇ, ਕਹਿੰਦੇ ਵੀ ਉੱਧਰ ਪਿੰਡ ਕੀ ਕਰੀ ਜਾਂਦੇ ਆ, ਸੋ ਕਿਹੋ ਜਿਹਾ ਮਾਹੌਲ ਆ, ਅਤੇ ਤੁਸੀਂ ਸਿਹਤ ਤੰਦਰੁਸਤ ਰਹਿੰਦੀ ਆ ਤੁਹਾਡੀ? ਸਿਹਤ ਠੀਕ ਹੈ ਪੁੱਤ, ਬਹੁਤ ਠੀਕ ਹੈ ਹੁਣ। ਚਲੋ ਚੰਗੀ ਗੱਲ ਹੈ ਜੀ, ਠੀਕ ਹੈ। ਅਤੇ ਬਾਕੀ ਇੱਧਰ ਪਏ ਹੋਏ ਗਿਫਟ ਪਈ ਹੁੰਗਾਰਾ ਭਰਦੇ ਨੇਗੇ, ਤੁਸੀਂ ਵੀ ਚੰਦ ਸ਼ਬਦ ਬਿਆਨ ਕਰ ਦਿਓ ਭਾਈ ਸਾਹਿਬ ਲਾਡੀ ਜੀ। ਚੰਦ ਸਾਹਿਬ ਦਾ ਗਿਫਟ ਤੋਂ ਗਿਫਟੀ ਹੋਈ ਪਈ ਆ, ਹੁਣ ਗਿਫਟ ਖੋਲ੍ਹਣ ਦੀ ਤਿਆਰੀ ਕਰ, ਜ਼ਿੰਦਗੀ ਗਿਫਟ ਤੋਂ ਗਿਫਟੀ ਹੋਈ ਪਈ ਆ, ਚਾਹ ਪੀ ਕੇ ਦਵਾਂਗੇ ਸਾਡੇ ਹੱਲਾ ਬੋਲਾਂਗੇ। ਠੀਕ ਹੈ, ਅਤੇ ਵਧਾਈਆਂ ਭਾਈ ਸੋਨੂੰ ਵੀ, ਮਾਮਾ ਜੀ ਦੇ ਬੇਟੇ, ਹਾਂ ਮਾਸੀ ਦੇ ਮੁੰਡਿਆ, ਕੋਈ ਆਮਦ ਕੋਈ ਮਨ 'ਚ ਨਾ ਰੱਖ ਲਈ ਕਿਤੇ ਘਰੀਂ ਆ ਕੇ ਕਹਿੰਦੇ ਮੈਂ ਵੀ ਬੋਲਣਾ ਸੀਗਾ। ਲੋਟਾ ਸਾਡੇ ਵਾਲਿਆ ਬਾਕੀ ਸਮਾਨ ਪੱਤਰ ਵਿੱਚ ਮਾਮਾ ਜੀ ਦੀ ਜ਼ਿੰਦਗੀ ਬਾਰੇ ਕੁਛ ਲੈਣਾ ਲਿਖੀਆਂ ਗਈਆਂ ਨੇ ਕਿ ਉਹਨਾਂ ਨੇ ਕਿੱਥੇ ਜਨਮ ਹੋਇਆ, ਕਿੱਥੋਂ ਪੜ੍ਹਾਈ ਕੀਤੀ, ਵਿਵਾਹਿਤ ਜ਼ਿੰਦਗੀ ਬਾਰੇ, ਅਤੇ ਆਪਣਾ ਸਾਰਾ ਟੀਚਿੰਗ ਦਾ ਸਫ਼ਰ ਕਿਵੇਂ ਦੀ ਰਹੀ ਜ਼ਿੰਦਗੀ, ਕਿੰਨਾ ਸਟਰਗਲ ਕੀਤਾ, ਸਾਰਾ ਇਸ ਸਮਾਨ ਪੱਤਰ ਵਿੱਚ ਦਰਜ ਹੈ। ਕੋਈ ਵੀ ਇੰਟਰਸਟਡ ਹੋਵੇ ਤਾਂ ਇਸ ਵੀਡੀਓ ਨੂੰ ਰੋਕ ਕੇ ਪੜ੍ਹ ਸਕਦਾ ਹੈ ਜੀ। ਸਟੇਜ ਵਾਲਿਆਂ ਨੂੰ ਵੀ ਲੱਗ ਗਿਆ ਮੌਕਾ ਬੈਗ ਖੋਲ੍ਹਣ ਦਾ, ਤੁਸੀਂ ਵੀ ਕਰ ਦਿਓ ਅਨਬੋਕਸਿੰਗ, ਲੱਗ ਜਾ ਹੱਥ ਇਹਦੇ ਨਾਲ ਤਾਂ ਹੌਲੀ ਹੌਲੀ ਖੇਡਣ ਲੱਗਣੇ ਬੋਲ ਨਾਲ ਤਾਂ। ਕੀ ਨਾਂ ਰੱਖਿਆ ਬਈ ਇਹਨਾਂ ਦੇ? ਨਿੰਮੋ। ਨਿੰਮੋ ਤੇ ਉਹ ਬੈਲੀ ਸ਼ੇਰੂ, ਓਏ ਸ਼ੇਰੂ, ਇਹ ਮਾਮਾ ਆਪਣਾ ਘਰ ਕਿੰਨੇ ਸਕੁਆਇਰ ਫੁੱਟ ਚਾ? 4 ਫੁੱਟ 2
440 ਤਾਂ ਹੁੰਦਾ ਵਰਗ ਹੁੰਦੀ ਹੈ ਨਾ ਅਸੀਂ ਤਾਂ ਮੈਥ ਚ ਕਮਜ਼ੋਰ ਹਾਂ ਭਾਈ ਇਹ ਕਿੰਨਾ ਖਰਚਾ ਆ ਗਿਆ ਸੀ ਮਾਮਾ ਜੀ ਟੋਟਲ ਇਹਦਾ ਮਤਲਬ ਕਿੰਨੇ ਯਾਰ ਚ ਕੰਪਲੀਟ ਹੋ ਗਿਆ ਸੀ ਥੋੜੀ ਜਿਹੀ ਮੋਟੀ ਜੀ ਜਾਣਕਾਰੀ ਕੋਈ ਨਾਜ਼ਾ ਨਹੀਂ ਲਿਖਿਆ ਹੋਇਆ ਕਾਪੀ ਦੇ ਸਰ ਅੱਛਾ ਪੜ੍ਹ ਕੇ ਦੱਸ ਦੇ ਯਾਰ ਹਾਂ ਲਗਭਗ 70-80 ਤੋਂ ਵਧੀ ਗਿਆ ਹੈਗਾ ਆਇਆ ਨਾ ਰੁਪਏ 75 ਕੇ ਲੱਖ ਮਤਲਬ ਨੇ ਹਾਂ ਹਾਂ ਇੰਨਾ ਹੋਗਾ ਬਾਕੀ ਲਿਖਿਆ ਹੋਇਆ ਉਦੋਂ ਲੱਗੀ ਜਾਂਦਾ ਹੈ ਹੋਰ ਲੱਗਣਾ ਕਾਪੀ ਹਾਂਜੀ ਹਾਂਜੀ ਚਲੋ ਆ ਲੈ ਵੈਰੀ ਗੁੱਡ ਇਹ ਵੀ ਉਵੇਂ ਪੈਂਦੇ ਹੋ ਹਜੇ ਨਵੀਂ ਚੀਜ਼ ਆਈ ਨਾ ਇਹਨਾਂ ਵਾਸਤੇ ਪੂਰੇ ਜੁੱਸੇ ਚ ਚੋਬਰ ਇਹ ਆਪਣੇ ਕਿਹੜੀ ਨਸਲ ਕਹਿ ਦਿੰਦੇ ਆ ਅਮੈਰੀਕਨ ਡਾਬਰਮੈਨ ਠੀਕ ਆ ਭਾਈ ਸੋਹਣਾ ਜੋੜਾ ਤੇਰਾ ਇਹ ਨਰਮ ਲੱਗਦੀ ਆ ਤਾਂ ਕਰਕੇ ਹੌਲੀ ਹੌਲੀ ਸੁਭਾਅ ਪਊਗਾ ਕਿੰਨੇ ਤੇਰੇ ਜ਼ੋਰ ਕਿੰਨੇ ਹੋ ਗਏ ਕਹੇ ਜਿਹਾ ਬਣਾਉਣਾ ਹਾਂਜੀ ਸਮਾਂ ਹੋ ਗਿਆ 1:10 ਦਾ ਅਤੇ ਮੌਸਮ ਹਲਕੀ ਹਲਕੀ ਕਿਣ ਮਿਣ ਭੂਰ ਜੀ ਪਈ ਜਾਂਦੀ ਸੀ ਅਤੇ ਲਗਭਗ ਘਰਾਂ ਨੂੰ ਜਾਣ ਦੀ ਤਿਆਰੀ ਆ ਅਤੇ ਅੰਦਰੋਂ ਇੱਕ ਨਿਗਾ ਜੀ ਜਾਂਦੇ ਜਾਂਦੇ ਸਾਨੂੰ ਘਰ ਦੀ ਬੋ ਆ ਜਾਂਦੇ ਹਾਂ
ਚਲੀ ਜਵਾਨੋ ਬੁਲਾਓ ਫਿਰ ਫਤਿਹ ਠੀਕ ਹੈ ਮਾਮਾ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਆਉਂਗੇ ਇਹਨਾਂ ਨਾਲ ਆ ਜਾਓ ਸਿਕੰਦਰ ਹੋਰਾਂ ਨਾਲ ਠੀਕ ਹੈ ਜੀ ਚਲੋ ਵੀ ਨੌਜਵਾਨੋ ਅੱਗੇ ਵੜੋ ਬੇਬੇ ਸਤਿ ਸ਼੍ਰੀ ਅਕਾਲ ਨਾਲ ਹੀ ਚੱਲੋਂਗੇ ਤੁਸੀਂ ਤਾਂ ਹੱਚਣਾ ਭੁੱਲ ਹੀ ਗਿਆ ਸੀਗਾ ਅਤੇ ਮੇਰੇ ਛੋਟੇ ਮਾਮੀ ਅਤੇ ਇਹਦੇ ਵੀ ਨਾਲ ਹੀ ਜਾਣਗੇ ਭਾਈ ਇਹ ਮਾਨਸਾ ਰਹਿੰਦੇ ਇਹਨਾਂ ਦੀ ਰਿਹਾਇਸ਼ ਮਾਨਸਾ ਘਰ ਪਾਇਆ ਹੋਇਆ ਇਹਨਾਂ ਨੇ ਆਪਦਾ ਅਤੇ ਆਪਣੇ ਆਸਟ੍ਰੇਲੀਆ ਵਾਲੇ ਉਹਨਾਂ ਨੇ ਅੱਗੇ ਜਾਣਾ ਗਾ ਬਠਿੰਡੇ ਤਾਂ ਹੁਣ ਮਾਨਸਾ ਆਪਾਂ ਇਕੱਠੇ ਹੀ ਆਵਾਂਗੇ ਆ ਜਾਓ ਬੇਬੇ ਇਹ ਸਮਾਨ ਆਹ ਚੱਕ ਲਾ ਪਹਿਲਾਂ ਚੱਲ ਇਸ ਨਾਲ ਡੰਗ ਲਾ ਲਾ ਪਹਿਲਾਂ ਦੱਸਣਾ ਸੀ ਅਸੀਂ ਛਾਂਟ ਕੇ ਜੀ ਰੱਖ ਲੈਂਦੇ ਕੇ ਕੋਹੇ ਜਾਪਦਾ ਚੰਗਾ ਮਾਮਾ ਜੀ ਠੀਕ ਹੈ ਜੀ ਤੁਸੀਂ ਨਹੀਂ ਜਾਂਦੇ ਭਾਈ ਹੈ ਠੀਕ ਹੈ ਮਿੱਤਰਾ ਠੀਕ ਹੈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਪੰਦਰਾਂ ਕੁ ਦਿਨਾਂ ਐਸਾ ਮਹਿਸੂਸ ਹੋ ਰਿਹਾ ਲਾਡੀ ਫੀਲਿੰਗ ਗੁੱਡ ਟੂਡੇ ਫੀਲਿੰਗ ਗੁੱਡ ਨਵੀਂ ਹੈ ਨਾ ਗੱਡੀ ਫਿਰ ਖੰਡ ਪੜਦੇ ਠੀਕ ਆ ਬੇਬੇ ਜੀ ਚੰਗਾ ਪੁੱਤ ਠੀਕ ਆ ਮਿਹਰਬਾਨੀ ਜੀ ਚਲੋ ਚਲੋ ਟੇਕੋ ਮੱਥਾ ਚੱਲ ਵੀ ਲਾਡੀ ਹੁਣ ਆਪਣੀ ਅਸਲੀ ਔਕਾਤ ਤੇ ਆ ਕੇ ਬੱਸ ਨੂੰ ਉਡੀਕੋ ਮਹਿੰਗੀ ਆ ਬਰਾਬਰ ਹੀ ਆ ਮੈਨੂੰ ਲੱਗਦਾ ਕੰਮ ਉੱਡੀ ਗੱਡੀ ਤੇ ਜਾਵਾਂਗੇ ਓਏ ਸਰ ਸੂਰਤੀ ਆਗਮਨ ਪਰ ਆਪਕਾ ਸਵਾਗਤ ਹੈ ਹੋਰ ਬਸ ਵਧੀਆ ਲੋਟ ਆ ਜਾਵਾਂਗੇ ਪ੍ਰੋਗਰਾਮ ਵਧੀਆ ਮੱਝਾਂ ਡਿੱਕੀ ਜਾਂਦੀਆਂ ਅਗਲਾ ਪ੍ਰੋਗਰਾਮ ਵੀ ਸੋਹਣਾ ਆਉਣ ਵਾਲਾ ਹੈਲੋ 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 ਸਤਿ ਸ਼੍ਰੀ ਅਕਾਲ ਯਾਦ ਕਰਿਆ ਸੀ ਠੀਕ ਆ ਬਾਈ ਮੈਂ ਵੀ ਗਈ ਮਾਤਾ ਕਾਹਤੋਂ ਨੀਰਾ ਖਲਾਰੀ ਜਾਂਦੀਆਂ ਮੱਝਾਂ ਨੂੰ ਵੀ ਚਾਹ ਚੜ੍ਹ ਗਿਆ ਦੇਖ ਨੀਰਾ ਖਾਣ ਨੂੰ ਹਟ ਗਈਆਂ ਦੇਖ ਕੇ ਤੈਨੂੰ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਮਾਸੀ ਜੀ ਲਾਲ ਹੋ ਕੇ ਆ ਗਿਆ ਉਹ ਛੱਪੜ ਚ ਵੜ ਗਿਆ ਸੀਗਾ ਉੱਥੇ ਜਮਾਂ ਵਧੀਆ ਸਾਰੇ ਠੀਕ ਠਾਕ ਮਾਮੇ ਨੂੰ ਦੁਬਾਰੇ ਵਧਾਈਆਂ ਦੇ ਦੋ ਵਧਾਈਆਂ ਵੀਰੇ ਤੈਨੂੰ ਵਾਲੀਆਂ ਰਿਟਾਇਰਮੈਂਟ ਦੀਆਂ ਸਤਿ ਸ਼੍ਰੀ ਅਕਾਲ ਵੀਰੇ ਤੈਨੂੰ ਦੇਖਣ ਵਾਲਿਆਂ ਨੂੰ ਵੀ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਜਿਹੜੇ ਚੈਨਲ ਤੇ ਜਿਹੜੇ ਦਰਾਣੀਆਂ ਚ ਫੜੀਆਂ ਆ ਖੜੀਆਂ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਛੱਤੂ ਨਹੀਂ ਹੁੰਦਾ ਛੱਤੂ ਦੇ ਮੰਮੀ ਨੇਗੇ ਇਹ ਜਿਹੜੇ ਪਹਿਲਾਂ ਜੁੜੇ ਨਾਲ ਦੇਖਦੇ ਹੋਣਗੇ ਹੋਰ ਪੁੱਤ ਸਾਰਿਆਂ ਨੂੰ ਵਧਾਈਆਂ ਜੁੜੇ ਰਹੋ ਸਾਰਿਆਂ ਠੀਕ ਹੈ ਮਿਹਰਬਾਨੀ ਜੀ